ਕਿਸੇ ਦੀ ਕੋਈ ਭਟਕੀ ਆ ਭਾਵਨਾ ਜਾਂ ਕਿਸੇ ਨੂੰ ਦੁੱਖ ਹੋਇਆ ਤਾਂ ਅਸੀਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ। ਤੁਹਾਨੂੰ ਸਾਰਿਆਂ ਨੂੰ ਮੇਰਾ ਇੱਕ ਵਾਰ ਫੇਰ ਹੱਥ ਜੋੜ ਕੇ ਸਜਦਾ ਹੈ ਤੇ ਤੁਹਾਡੇ ਬਿਨਾਂ ਅਸੀਂ ਜਿਉਂ ਨਹੀਂ ਸਕਦੇ। ਤੁਹਾਡੇ ਨਾਲ ਹੀ ਹਰੇਕ ਪਾਰਟੀ ਖੜੀ ਹੈ, ਤੁਸੀਂ ਉਹ ਪਾਰਟੀਆਂ ਖੜੀਆਂ ਕਰਨ ਵਾਲੇ ਹੋ, ਤੁਸੀਂ ਉਹ ਡਿੱਗਣ ਵਾਲੇ ਹੋ। ਤਾਂ ਤੁਹਾਡੇ ਹਿੱਤ ਦੀ ਹਮੇਸ਼ਾ ਅਸੀਂ ਉੱਪਰ ਵੀ ਗੱਲ ਕਰਦੇ ਹਾਂ। ਅਸੀਂ ਅਗਰ ਅੰਦਰ ਬੈਠ ਕੇ ਕੋਈ ਗੱਲ ਕਰਦੇ ਹਾਂ, ਅਸੀਂ ਪਾਰਟੀ ਦੇ ਅੰਦਰ ਰਹਿ ਕੇ ਕੋਈ ਗੱਲ ਕਰਦੇ ਹਾਂ ਤਾਂ ਅਸੀਂ ਕਿਸਾਨ ਹਿੱਤ ਦੀ ਗੱਲ ਕਰਦੇ ਹਾਂ। ਤੁਸੀਂ ਪੱਤਰਕਾਰ ਵੀਰ ਨੇ ਕਿਸੇ ਤੋਂ ਪੁੱਛ ਲਿਓ ਅਗਰ ਮੈਂ ਚਿੱਠੀ ਨਾ ਲਿਖੀ ਹੋਵੇ। ਆ ਯਾਰ ਕਾਨੂੰ ਯਾਰ ਤਾਂ ਜਿਹੜੀ ਗੱਲ ਆ ਉਹ ਤਾਂ ਗੱਲ ਨਹੀਂ ਦਾ। ਓ ਖੜ ਜਾ ਤੁਸੀਂ, ਥੈਂਕ ਯੂ ਯਾਰ ਕਮੈਂਟ ਇਹ ਤੁਹਾਡਾ ਗੁੱਸਾ ਜਾਇਜ਼ ਹੈ। ਗਲਤੀ ਵਾਲੀ ਗੱਲ ਕਰ ਤੁਸੀਂ ਗਲਤੀ ਇਹਦਾ ਕਾਰਨ ਇੱਥੇ ਬੀਜੇਪੀ ਦਾ ਕੋਈ ਆਇਆ ਸੀ, ਇਹਨਾਂ ਦਾ ਲੀਡਰ, ਉਹ ਇੱਥੇ ਮੀਟਿੰਗ ਕਰਵਾਉਣ ਆਇਆ ਸੀ। ਅੱਜ ਸਾਡੀ ਵੀ ਮੀਟਿੰਗ ਸੀ ਕਾਲੇ ਝਾਲ ਟੂਲ ਪਲਾਜੇ 'ਤੇ, ਜਾਂ ਸਾਨੂੰ ਉੱਥੇ ਪਤਾ ਲੱਗਿਆ, ਸੂਹ ਮਿਲੀ ਥੋੜ੍ਹੀ ਜੀ ਵੀ ਇੱਥੇ ਆਗੂ ਇਹਨਾਂ ਦੇ ਭਾਜਪਾ ਦੇ ਮੀਟਿੰਗਾਂ ਕਰਵਾ ਰਹੇ ਨੇ। ਅਸੀਂ ਫੌਰਨ ਇੱਥੇ ਪਹੁੰਚੇ, ਸਾਡੀ ਮੀਟਿੰਗ ਵਿਚਾਲੇ ਛੱਡ ਕੇ ਇੱਥੇ, ਜਦ ਉਹ ਮੀਟਿੰਗ ਕਰਵਾ ਕੇ ਨਿਕਲਣ ਲੱਗੇ ਸੀ, ਜਦ ਇੱਥੇ ਅਸੀਂ ਉਹਨਾਂ ਨੂੰ ਪੁੱਛਣਾ ਚਾਹਿਆ ਵੀ ਤੁਸੀਂ ਉਰੇ ਕੀ ਕਰਦੇ ਹੋ, ਸਾਡੇ ਨਾਲ ਹੱਥੋ ਬਾਈ ਹੋਣ ਲੱਗ ਪਏ, ਜਿਹੜੇ ਉਹਨਾਂ ਦੇ ਚਮਚੇ 'ਤੇ ਲਾ ਲਓ ਭਾਜਪਾ ਦੇ ਘੜਮ ਚੌਧਰੀ ਆ ਉਰੇ ਪਿੰਡਾਂ ਵਾਲੇ, ਇੱਕ ਕੋਈ ਕਪਿਆਲ ਦਾ ਦੀ ਉਹਨਾਂ ਨਾਲ, ਚੱਲ ਜਦ ਸਾਡੇ ਵੀ ਬੰਦੇ ਆ ਗਏ ਵੱਡੀ ਗਿਣਤੀ ਦੇ ਵਿੱਚ, ਫਿਰ ਉਹ ਅੰਦਰ ਲੈ ਵੜੇ ਉਹਨਾਂ ਨੂੰ। ਫਿਰ ਅਸੀਂ ਨੇ ਉਹਨਾਂ ਨੂੰ ਆਹੀ ਸ਼ਾਂਤਮਈ ਤਰੀਕੇ ਨਾਲ ਸਾਡਾ ਪ੍ਰੋਗਰਾਮ ਸੀ ਉਹ ਅਸੀਂ ਨੇ ਦਿੱਤਾ, ਪਰ ਇਹਨਾਂ ਦੇ ਜਿਹੜੇ ਆਹ ਮੀਟਿੰਗਾਂ ਕਰਵਾ ਰਹੇ ਨੇ ਆਹ ਪਿੰਡਾਂ ਦੇ ਵਿੱਚੋਂ ਜਿਹੜੀ ਵੱਡੀ ਗਿਣਤੀ ਦਿੱਲੀ ਜਾ ਰਹੀ ਆ ਉਹਨਾਂ ਨੂੰ ਰੋਕਣ ਦੇ ਵਾਸਤੇ ਕਰਵਾ ਰਹੇ ਨੇ ਆਹ ਮੀਟਿੰਗਾਂ, ਵੀ ਲੋਕਾਂ ਨੂੰ ਗਲਤ ਧਨਾਸੇ ਦੇਣੇ ਵੀ ਉੱਥੇ ਤਾਂ ਐਂ ਹੋ ਜੂਗਾ ਵੀ ਆਹ ਹੋ ਰਿਹਾ ਉੱਥੇ, ਪਰ ਆਹ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ, ਕਿਉਂ ਪਹਿਲਾਂ ਇਹਨਾਂ ਨੇ ਜਾਤਾਂ 'ਚ ਵੀ ਵੰਡ ਕੇ ਦੇਖ ਲਏ ਲੋਕ, ਧਰਮਾਂ 'ਚ ਵੀ, ਹੁਣ ਪਰ ਆਹ ਲੋਕ ਨੇ ਜਿਹੜੇ ਇੱਕ ਹੋ ਚੁੱਕੇ ਨੇ, ਇਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਵੀ ਜਿਹੜੇ ਮਜ਼ਦੂਰ ਪਰਿਵਾਰ ਨੇ, ਆੜ੍ਹਤੀਆ ਵਰਗ ਆ, ਜਾਂ ਭੱਠੇ ਵਾਲੇ ਨੇ, ਜਾਂ ਰੇਹੜੀਦਾਰ ਦੁਕਾਨ ਵਾਲੇ ਨੇ, ਜਾਂ ਕਿਸਾਨ ਨੇ, ਵੀ ਆਹ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਨੇ ਵੀ ਆਹ ਸਾਰਿਆਂ ਵਾਸਤੇ ਘਾਤਕ ਨੇ, ਪਰ ਅੱਜ ਇਹਨਾਂ ਦਾ ਵਿਰੋਧ ਕੀਤਾ। ਜੇ ਸਾਨੂੰ ਗਾਹਾਂ ਵਾਸਤੇ ਅੱਜ ਉਹ ਮਾਫੀ ਮੰਗ ਕੇ ਗਏ ਨੇ ਉਰੇ, ਜੇ ਗਾਹਾਂ ਵਾਸਤੇ ਕਿਤੇ ਵੀ ਸਾਨੂੰ ਮਿਲ ਗਏ, ਅਸੀਂ ਇਹਨਾਂ ਦਾ ਪੱਕੇ ਤੌਰ 'ਤੇ ਪ੍ਰੋਪਰ ਕਰਾਂਗੇ ਤਰੀਕੇ ਨਾਲ, ਮੰਨ ਕੇ ਤੁਰ ਵੀ ਕਰਿਆਓ, ਫਿਰ ਨਹੀਂ ਵੀ ਆਹ ਗੱਲ ਵੀ ਇਹਨਾਂ ਨੂੰ ਕੋਈ ਮਾਫੀਆਂ ਦੇ ਕੇ ਛੱਡਦੇ ਰਹਾਂਗੇ। ਇਹਨਾਂ ਦੀ ਪਹਿਲੀ ਗਲਤੀ ਦੀ ਉਰੇ ਭਵਾਨੀਗੜ੍ਹ ਬਲਾਕ ਦੇ ਵਿੱਚ ਪਹਿਲੀ ਗਲਤੀ ਸੀ, ਇਹਨਾਂ ਨੂੰ ਮਾਫ਼ ਕਰਤੀ, ਮੰਨ ਕੇ ਗਏ ਨੇ ਉਹ। ਜੇ ਗਾਹਾਂ ਬਾਤ ਸਾਨੂੰ ਕਿਤੇ ਦੀਗੇ, ਫਿਰ ਗਲਤੀਆਂ ਗੁਲਤੀਆਂ ਨਹੀਂ, ਜਿੰਨਾ ਟਾਈਮ ਤੱਕ ਆਰਡੀਨੈਂਸ ਵਾਪਸ ਨਹੀਂ ਹੁੰਦੇ ਉਨਾ ਟਾਈਮ ਤੱਕ ਇਹਨਾਂ ਨੂੰ ਜਿਹੜੇ ਪੰਜਾਬ 'ਚ ਆਉਣਗੇ ਪੰਜਾਬ 'ਚ ਰੱਖਾਂਗੇ ਬੰਨ ਕੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ, ਘਰਾਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬਲਾਕ ਆਗੂ ਭਵਾਨੀਗੜ੍ਹ। ਇੱਕ ਅੱਜ ਦਿਨੇਸ਼ ਸ਼ਰਮਾ ਦੀ ਇੱਥੇ ਘਰਾਓ ਕੀਤਾ ਗਿਆ ਸੀ ਅਗਰਵਾਲ ਭਵਨ ਦੇ ਵਿੱਚ, ਕੀ ਕਹੋਗੇ, ਕੀ ਸ਼ਰਤ 'ਤੇ ਉਹਨਾਂ ਨੂੰ ਛੱਡਿਆ ਗਿਆ? ਇਹ ਜੋ ਸਾਡਾ ਅੱਜ ਚਾਣ ਚੱਕ ਇੱਥੇ ਆਏ ਨੇ, ਜੋ ਮੀਟਿੰਗ ਕਰਨ ਆਏ ਨੇ, ਅਸੀਂ ਉਹਨਾਂ ਦਾ ਘਰਾਓ ਕੀਤਾ, ਸਾਨੂੰ ਪਤਾ ਲੱਗਿਆ ਵੀ ਇਹ ਕੋਈ ਸੂਬਾ ਸਕੱਤਰ ਬੀਜੇਪੀ ਦਾ ਆਗੂ ਭਵਾਨੀਗੜ੍ਹ ਅਗਰਵਾਲ ਭਵਨ ਦੇ ਵਿੱਚ ਮੀਟਿੰਗ ਕਰ ਰਹੇ ਨੇ, ਤਾਂ ਅਸੀਂ ਆ ਕੇ ਉਹਨਾਂ ਦਾ ਘਰਾਓ ਕੀਤਾ। ਅਤੇ ਜਿਹੜਾ ਸਾਡਾ ਜਥੇਬੰਦੀ ਨਾਲ ਰਾਬਤਾ ਬਣਿਆ ਸਾਡੇ ਆਗੂਆਂ ਨਾਲ, ਵੀ ਵੱਡਾ ਸਾਡਾ ਜਿਹੜਾ ਮੋਰਚਾ ਗਾ ਦਿੱਲੀ ਦੇ ਵਿੱਚ ਲੱਗਿਆ ਹੋਇਆ, ਇੱਥੇ ਕਈ ਵਾਰ ਜਦੋਂ ਕੋਈ ਅਸੀਂ ਵੀ ਜ਼ਿਆਦਾ ਵੱਡਾ ਕਰ ਦਿੰਦੇ ਪ੍ਰੋਗਰਾਮ, ਕਈ ਵਾਰ ਕੋਈ ਸ਼ਰਾਰਤੀ ਅਨਸਰ ਸਰਕਾਰ ਦੇ ਵਿੱਚ ਛੱਡੇ ਹੁੰਦੇ ਨੇ ਵੀ ਉਹ ਕੋਈ ਗੜਬੜ ਨਾ ਕਰਾ ਦੇਣ, ਤਾਂ ਉਹਨਾਂ ਨੇ ਜਿਵੇਂ ਸਾਨੂੰ ਗੱਲਬਾਤ ਚੱਲੀ ਸੀ ਵੀ ਉਹ ਮਾਫੀ ਮੰਗ ਕੇ ਜਾਣਗੇ, ਉਹਨਾਂ ਨੇ ਸਟੇਜ ਤੋਂ ਆ ਕੇ ਉਹਨਾਂ ਦੇ ਆਗੂ ਨੇ ਮਾਫੀ ਮੰਗੀ ਆ, ਗਲਤੀ ਮੰਨੀ ਆ। ਵੀ ਨਹੀਂ ਲੱਗਦਾ ਵੀ ਵਾਰ ਵਾਰ ਮੀਟਿੰਗਾਂ ਕਰਕੇ ਕਿਸਾਨੀ ਵਿਰੋਧ ਭੜਕਾ ਰਹੇ ਨੇ ਕਿਸਾਨਾਂ ਨੂੰ? ਇਹ ਗੱਲਾਂ ਉਹੀ ਮੈਂ ਦੱਸ ਰਿਹਾ ਹੈਗਾ ਵੀ ਇਹ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ ਵੀ ਕੋਈ ਹਮਲਾ ਸਾਡੇ 'ਤੇ ਕਰੇ, ਜਿਵੇਂ ਪਹਿਲਾਂ ਵੀ ਸਰਕਾਰਾਂ ਨੇ ਇਹੋ ਜਿਹੇ ਨਕਲੀ ਹਮਲੇ ਕਰਵਾ ਕੇ ਇਹ ਜਿਹੜਾ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੇ ਨੇ, ਜਾਂ ਕਿਸਾਨਾਂ ਨੂੰ ਕਦੇ ਅੱਤਵਾਦੀ ਵੱਖਵਾਦੀ ਕਹਿੰਦੇ ਨੇ। ਇਸ ਕਰਕੇ ਜਿਹੜੇ ਕਿਸਾਨ ਮਜ਼ਦੂਰ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲ ਰਹੇ ਨੇ, ਇਹ ਅੰਦੋਲਨ ਹਿਲਾਉਣਾ ਚਾਹੁੰਦੇ ਨੇ, ਪਰ ਇੰਨੀ ਛੇਤੀ ਅੰਦੋਲਨ ਹਿਲਦੇ ਨਹੀਂ ਹੈਗੇ, ਲੋਕ ਬਹੁਤ ਸਮਝਦਾਰ ਹੋ ਗਏ। ਅੱਜ ਜਦੋਂ ਅਸੀਂ ਇੱਥੇ ਘਰਾਓ ਕੀਤਾ ਉਹਨਾਂ ਨੂੰ ਛੱਡਿਆ, ਨਹੀਂ ਤਾਂ ਹੁਣ ਨੂੰ ਲੋਕ ਉਹਨਾਂ ਦੇ ਗੁਲਾਮੇ ਫੜ ਲੈਂਦੇ ਜੇ ਲੋਕ ਇੰਨੇ ਸਮਝਦਾਰ ਨਾ ਹੁੰਦੇ। ਜਦੋਂ ਗਏ ਨੇ ਅੰਦਰੋਂ ਨਿਕਲ ਕੇ, ਕਿਸੇ ਵੀ ਕਿਸਾਨ ਨੇ ਉਹਨਾਂ ਵੱਲ ਝਾਕਿਆ ਵੀ ਨਹੀਂ ਵੀ ਅਸੀਂ ਇਹ ਅਜਿਹੇ ਲੀਡਰਾਂ ਦਾ ਵੱਲ ਵੇਖਣਾ ਕੀ ਆ, ਉਹਨਾਂ ਵੱਲ ਮੂੰਹ ਵੀ ਨਹੀਂ ਕਰਿਆ, ਨਹੀਂ ਤਾਂ ਲੋਕ ਹੁਣ ਜਿਵੇਂ ਇਹਨਾਂ ਦੇ ਗੁਲਾਮੇ ਫੜ ਕੇ ਇਹਨਾਂ ਦੇ ਮੂੰਹ 'ਤੇ ਥੱਪੜ ਮਾਰਨ ਤੱਕ ਜਾਂਦੇ ਨੇ ਜੀ।